ਸਿੱਧੂ ਮੂਸੇਵਾਲੇ ਵੱਲੋਂ ਗੀਤ ਗਾਇਆ ਗਿਆ। ਉਸ ਗੀਤ ਨੂੰ ਸੁਣ ਕੇ ਇਵੇਂ ਲੱਗ ਰਿਹਾ ਵੀ ਜਿਹੜੀ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਫੈਲੀ ਆ ਉਹਦੇ ਪਿੱਛੇ ਸਾਰਾ ਦੋਸ਼ ਇੱਕ ਬੰਦੇ ਦਾ ਤੇ ਉਹ ਬੰਦਾ ਹੈ ਗਿਆਨੀ ਬਲਦੇਵ ਸਿੰਘ ਪਠਲਾਵਾ। ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਵੀਰ ਸਿੱਧੂ ਮੂਸੇਵਾਲੇ ਨੂੰ ਵੀ ਵੀਰੇ ਤੂੰ ਸੈਲੀਬ੍ਰਿਟੀ ਆ, ਲੋਕ ਤੈਨੂੰ ਸੁਣਦੇ ਆ ਸੰਗੀਤ ਦੇ ਖੇਤਰ ਵਿੱਚ, ਜਿਹੜੇ ਇਹਦਾ ਗਾਉਣ ਗਾਉਣ ਵਾਲੇ ਪਾਸੇ ਇੰਟਰਸਟ ਰੱਖਦੇ ਨੇ, ਭਾਈ ਤੈਨੂੰ ਸੁਣਦੇ ਨੇ, ਬਹੁਤ ਵੱਡਾ ਤੇਰਾ ਦਾਇਰਾ। ਭਰਾ ਮੇਰੇ ਅਸਲ ਦੇ ਵਿੱਚ ਬਿਨਾਂ ਤੱਥਾਂ ਤੋਂ ਨਾ ਇਹ ਗੀਤ ਸੁਣ ਕੇ ਐਂ ਲੱਗਦਾ ਵੀ ਜਿਵੇਂ ਸਾਰਾ ਕੁਝ ਗਿਆਨੀ ਬਲਦੇਵ ਸਿੰਘ ਨੂੰ ਪਤਾ ਸੀ ਤੇ ਉਹਨੇ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ। ਕਿ ਇਹ ਗਿਆਨੀ ਬਲਦੇਵ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਆ, ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ। ਤੇ ਅੱਜ ਕੁਝ ਲੋਕ ਸਾਰਾ ਕੁਝ ਇਸ ਭਾਈ ਬਲਦੇਵ ਸਿੰਘ ਦੇ ਸਿਰ ਤੇ ਮੜ ਰਹੇ ਨੇ ਜਿਹੜਾ ਦੁਨੀਆ ਛੱਡ ਗਿਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 2 ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦਾ ਇੱਕ ਗਾਣਾ ਆਇਆ ਗੁਰਬਖਸ਼ ਗਵਾਚਿਆ, ਜੋ ਕਿ ਗਿਆਨੀ ਬਲਦੇਵ ਸਿੰਘ ਪਠਲਾਵਾ ਉੱਤੇ ਬਣਾਇਆ ਗਿਆ, ਜਿਸ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਇਕੱਲੇ ਗਿਆਨੀ ਬਲਦੇਵ ਸਿੰਘ ਨੂੰ ਹੀ ਕੋਰੋਨਾ ਦਾ ਮੁੱਖ ਕਾਰਨ ਬਣਾਇਆ ਗਿਆ। ਤੇ ਸਿੱਧੂ ਦੇ ਇਸ ਗਾਣੇ ਕਰਕੇ ਹੁਣ ਭਾਈ ਹਰਜੀਤ ਸਿੰਘ ਧਪਾਲੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਨਤਕ ਕੀਤੀ ਹੈ, ਜਿਸ ਵਿੱਚ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਦਾ ਵਿਰੋਧ ਕਰ ਰਹੇ ਨੇ। ਤੇ ਇਸੇ ਦੇ ਨਾਲ ਹਰਜੀਤ ਸਿੰਘ ਧਪਾਲੀ ਨੇ ਗਿਆਨੀ ਬਲਦੇਵ ਸਿੰਘ ਦੀ ਮੌਤ ਬਾਰੇ ਵੀ ਕਈ ਵੱਡੇ ਖੁਲਾਸੇ ਕੀਤੇ ਨੇ। ਤੇ ਉਹਨਾਂ ਦਾ ਕਹਿਣਾ ਹੈ ਕਿ ਗਿਆਨੀ ਬਲਦੇਵ ਸਿੰਘ ਦੀ ਮੌਤ ਕੋਰੋਨਾ ਕਰਕੇ ਨਹੀਂ ਸਗੋਂ ਹਾਰਟ ਅਟੈਕ ਕਰਕੇ ਹੋਈ ਹੈ। ਆਓ ਸੁਣਦੇ ਹਾਂ ਹਰਜੀਤ ਸਿੰਘ ਧਪਾਲੀ ਦੀ ਇਹ ਪੂਰੀ ਵੀਡੀਓ ਕਿ ਉਹਨਾਂ ਨੇ ਹੋਰ ਕੀ ਖੁਲਾਸੇ ਕੀਤੇ ਨੇ ਬਲਦੇਵ ਸਿੰਘ ਦੀ ਮੌਤ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਿੱਤਰ ਚਮਕੌਰ ਸਿੰਘ ਬੱਲਰਾ ਹੁਣਾਂ ਨੇ ਇੱਕ ਮੈਨੂੰ ਲਿੰਕ ਸੈਂਡ ਕੀਤਾ ਯੂਟਿਊਬ ਦਾ। ਉਹ ਲਿੰਕ ਹੈ ਇੱਕ ਗੀਤ ਦਾ, ਵੀਰ ਸਿੱਧੂ ਮੂਸੇਵਾਲੇ ਵੱਲੋਂ ਗੀਤ ਗਾਇਆ ਗਿਆ। ਉਸ ਗੀਤ ਨੂੰ ਸੁਣ ਕੇ ਇਵੇਂ ਲੱਗ ਰਿਹਾ ਵੀ ਜਿਹੜੀ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਫੈਲੀ ਆ ਉਹਦੇ ਪਿੱਛੇ ਸਾਰਾ ਦੋਸ਼ ਇੱਕ ਬੰਦੇ ਦਾ ਤੇ ਉਹ ਬੰਦਾ ਹੈ ਗਿਆਨੀ ਬਲਦੇਵ ਸਿੰਘ ਪਠਲਾਵਾ। ਹਾਲਾਂਕਿ ਗੀਤ ਵਿੱਚ ਨਾਂ ਬਦਲਿਆ ਗਿਆ, ਫੋਟੋਆਂ ਸਾਰੀਆਂ ਗਿਆਨੀ ਬਲਦੇਵ ਸਿੰਘ ਹੁਣਾਂ ਦੀਆਂ ਲੱਗੀਆਂ ਹੋਈਆਂ ਨੇ। ਤੇ ਮੈਂ ਗੁਰਬਖਸ਼ ਗਵਾਚਾ ਇਟਲੀ ਤੋਂ ਆਇਆ ਹਾਂ, ਇਵੇਂ ਉਹਦਾ ਗੀਤ ਦਾ ਟਾਈਟਲ ਆ। ਤੇ ਉਸ ਗੀਤ ਵਿੱਚ ਕਿਹਾ ਗਿਆ ਵੀ ਗੁਰਬਖਸ਼ ਸਿੰਘ ਨੇ ਆਪਣੀ ਜਿਹੜੀ ਬਿਮਾਰੀ ਸੀ ਉਹਨੂੰ ਪਤਾ ਸੀ ਤੇ ਪਰਿਵਾਰ ਤੋਂ ਛੁਪਾ ਲਈ। ਉਹਨੇ ਆਪਦੇ ਉਹਦੇ ਕਰਕੇ ਉਹਦਾ ਪੋਤਾ ਵੀ ਹੈ ਜਿਹੜਾ, ਮਤਲਬ ਕਿ ਉਹਦੀ ਅਣਗਹਿਲੀ ਕਰਕੇ ਉਹਦਾ ਪੋਤਾ ਵੀ ਹੈ ਜਿਹੜਾ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ। ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਵੀਰ ਸਿੱਧੂ ਮੂਸੇਵਾਲੇ ਨੂੰ ਵੀ ਵੀਰੇ ਤੂੰ ਸੈਲੀਬ੍ਰਿਟੀ ਆ, ਲੋਕ ਤੈਨੂੰ ਸੁਣਦੇ ਆ ਸੰਗੀਤ ਦੇ ਖੇਤਰ ਵਿੱਚ, ਜਿਹੜੇ ਇਹਦਾ ਗਾਉਣ ਗਾਉਣ ਵਾਲੇ ਪਾਸੇ ਇੰਟਰਸਟ ਰੱਖਦੇ ਨੇ, ਭਾਈ ਤੈਨੂੰ ਸੁਣਦੇ ਨੇ, ਬਹੁਤ ਵੱਡਾ ਤੇਰਾ ਦਾਇਰਾ। ਭਰਾ ਮੇਰੇ ਅਸਲ ਦੇ ਵਿੱਚ ਬਿਨਾਂ ਤੱਥਾਂ ਤੋਂ ਨਾ ਇਹ ਗੀਤ ਸੁਣ ਕੇ ਐਂ ਲੱਗਦਾ ਵੀ ਜਿਵੇਂ ਸਾਰਾ ਕੁਝ ਗਿਆਨੀ ਬਲਦੇਵ ਸਿੰਘ ਨੂੰ ਪਤਾ ਸੀ ਤੇ ਉਹਨੇ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ। ਜਦਕਿ ਅਖਬਾਰੀ ਰਿਪੋਰਟਾਂ ਕੀ ਕਹਿ ਰਹੀਆਂ ਨੇ, ਪੰਜਾਬੀ ਟ੍ਰਿਬਿਊਨ ਪੜ੍ਹ ਕੇ ਵੇਖ ਲਓ, ਹਿੰਦੁਸਤਾਨ ਟਾਈਮਸ ਪੜ੍ਹ ਕੇ ਵੇਖ ਲਓ। ਪੰਜਾਬੀ ਟ੍ਰਿਬਿਊਨ ਨੇ ਲਿਖਿਆ ਕਿ 16 ਤਰੀਕ ਨੂੰ ਜਿਹੜਾ ਗਿਆਨੀ ਬਲਦੇਵ ਸਿੰਘ ਬਿਮਾਰ ਹੁੰਦੇ ਨੇ ਉਹ ਪ੍ਰਾਈਵੇਟ ਹਸਪਤਾਲ ਜਾਂਦੇ ਨੇ, ਫਗਵਾੜੇ ਵੀ ਜਾਂਦੇ ਨੇ, ਜਲੰਧਰ ਵੀ ਜਾਂਦੇ ਨੇ, ਉੱਥੋਂ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ। ਸਿਵਲ ਹਸਪਤਾਲ ਜਲੰਧਰ ਵਾਲੇ ਉਹਨਾਂ ਨੂੰ ਬੰਗੇ ਰੈਫਰ ਕਰ ਦਿੰਦੇ ਨੇ ਸਿਵਲ ਹਸਪਤਾਲ ਦੇ ਵਿੱਚ, ਜਿੱਥੇ ਉਹਨਾਂ ਦੀ ਮੌਤ ਹੋ ਜਾਂਦੀ ਆ। ਮੌਤ ਹੋਣ ਤੋਂ ਬਾਅਦ ਜਿਹੜੀ ਡਾਕਟਰੀ ਰਿਪੋਰਟ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਗਿਆਨੀ ਬਲਦੇਵ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਆ, ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਆ। ਪੰਜਾਬੀ ਟ੍ਰਿਬਿਊਨ ਵਿੱਚ ਵੀ ਇਹੋ ਲਿਖਿਆ, ਹਿੰਦੁਸਤਾਨ ਟਾਈਮਸ ਦੇ ਵਿੱਚ ਵੀ ਇਹੀ ਲਿਖਿਆ। ਮਰਨ ਤੱਕ ਜਦੋਂ ਦੀ ਮੌਤ ਹੁੰਦੀ ਡਾਕਟਰਾਂ ਤੱਕ ਨੂੰ ਨਹੀਂ ਪਤਾ, ਤੇ ਅੱਜ ਕੁਝ ਲੋਕ ਸਾਰਾ ਕੁਝ ਇਸ ਭਾਈ ਬਲਦੇਵ ਸਿੰਘ ਦੇ ਸਿਰ ਤੇ ਮੜ ਰਹੇ ਨੇ ਜਿਹੜਾ ਦੁਨੀਆ ਛੱਡ ਗਿਆ, ਵੀ ਜਿਵੇਂ ਉਹੀ ਸਾਰਾ ਦੋਸ਼ੀ ਹੁੰਦਾ। ਇਹਦੇ ਜਦੋਂ ਉਹ ਆਉਂਦੇ ਨੇ ਵਾਪਸ ਜਰਮਨ ਹੋ ਕੇ ਵਿਦੇਸ਼ੋਂ, ਜਦੋਂ ਆਏ ਨੇ ਦਿੱਲੀ ਉਤਰੇ ਨੇ, ਉੱਥੇ ਉਹਨਾਂ ਦਾ ਨਿਰੀਖਣ ਹੋਇਆ ਏਅਰਪੋਰਟ ਤੇ, ਉਹਨਾਂ ਨੇ ਭੇਜਿਆ ਵਾਪਸ ਆਏ ਨੇ ਪੰਜਾਬ। ਉਹ ਨਿਰੀਖਣ ਕਰਨ ਕਮੀ ਸਿਸਟਮ ਦੀ ਆ, ਕਮਜ਼ੋਰੀ ਸਿਸਟਮ ਦੀ ਆ, ਤੇ ਇੱਕ ਬੰਦੇ ਸਿਰ ਮੜ ਕੇ ਕਹਿ ਇੱਕ ਬੜੇ ਲੁਕਵੇਂ ਤਰੀਕੇ ਨਾਲ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ। ਜਿਹੜੇ ਡਾਕਟਰ ਚੰਗਾ ਕੰਮ ਕਰ ਰਹੇ ਨੇ ਮੁਬਾਰਕ ਆ, ਜਿਹੜੇ ਵੀ ਬੰਦੇ ਇਸ ਕੋਰੋਨਾ ਦੇ ਕਹਿਰ ਸਮੇਂ ਸਮਾਜ ਲਈ ਲੋੜਵੰਦਾਂ ਲਈ ਚੰਗਾ ਕੰਮ ਕਰ ਰਹੇ ਨੇ, ਐਪਰੀਸ਼ੀਏਟ ਕਰਦੇ ਹਾਂ। ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਸੋਹਣੇ ਫੈਸਲੇ ਲਏ, ਚੰਗੀ ਗੱਲ ਆ। ਪ੍ਰਸ਼ਾਸਨ ਹੁਣ ਥੋੜਾ ਵਧੀਆ ਸਹਿਯੋਗ ਦੇਣ ਲੱਗੇ, ਚੰਗੀ ਗੱਲ ਆ, ਜਿਹੜੇ ਚੰਗੇ। ਪਰ ਇਸ ਗੀਤ ਰਾਹੀਂ ਇਹ ਜਿਹੜੀਆਂ ਪ੍ਰਸ਼ਾਸਨ ਦੀਆਂ ਕਮੀ ਸੀ, ਮੈਡੀਕਲ ਦੀ ਰਿਪੋਰਟ ਜਿਹੜੀ ਕਹਿ ਰਹੀ ਆ, ਅਖਬਾਰੀ ਰਿਪੋਰਟਾਂ ਦੱਸ ਰਹੀਆਂ ਨੇ ਕਿ ਹਾਰਟ ਅਟੈਕ ਨਾਲ ਮਰਿਆ ਉਹ, ਤਾਂ ਉਹ ਤੋਂ ਬਾਅਦ ਮਰਨ ਤੋਂ ਬਾਅਦ ਜੋ ਸੈਂਪਲ ਗਿਆ ਉਹ ਤੋਂ ਬਾਅਦ ਚ ਰਿਪੋਰਟਾਂ ਜਦੋਂ ਆਈਆਂ, ਉਹਨਾਂ ਨੇ ਦੱਸਿਆ ਵੀ ਇਹ ਬੰਦਾ ਜਿੱਥੇ ਹਾਈ ਬਲੱਡ ਪ੍ਰੈਸ਼ਰ ਦਾ, ਸ਼ੂਗਰ ਦਾ ਮਰੀਜ਼ ਸੀ, ਨਾਲ ਇਹਦੇ ਵਿੱਚ ਕੋਰੋਨਾ ਦਾ ਅੰਸ਼ ਵੀ ਸੀਗਾ। ਤੇ ਉਸ ਗੀਤ ਵਿੱਚ ਦੱਸਿਆ ਜਾ ਰਿਹਾ ਨੂੰ ਬਹੁਤ ਵੱਡਾ ਦੋਸ਼ੀ ਬਣਾ ਕੇ ਵੀ ਮੈਂ ਆਪਦਾ ਪੋਤਾ ਵੀ ਬਿਮਾਰ ਕਰ ਲਿਆ, ਵੀ ਦੱਸੋ ਮਾਪੇ ਤਾਂ ਇਹ ਚਾਹੁੰਦੇ ਨੇ ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ
ਮਾਪੇ ਤੇ ਇਹ ਚਾਹੁੰਦੇ ਨੇ ਵੀ ਦੁਨੀਆਂ ਭਰ ਦੇ ਦੁੱਖ ਮਾਪੇ ਕਹਿੰਦੇ ਵੀ ਸਾਡੀ ਝੋਲੀ ਚ ਪੈ ਜਾਣ, ਅਸੀਂ ਸਰੀਰ ਤੇ ਝੱਲ ਲਾਂਗੇ ਪਰ ਸਾਡੇ ਬੱਚੇ ਸਾਡੇ ਪੋਤੇ ਪੋਤੀਆਂ ਹੱਸਦੇ ਵੱਸਦੇ ਰਹਿਣ। ਸਿਆਣੇ ਕਹਿੰਦੇ ਹੁੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਕੋਈ ਮਾਂ ਪਿਓ ਮੈਨੂੰ ਚਾਹੁੰਦਾ ਵੀ ਮੇਰੇ ਕਰਕੇ ਮੇਰੇ ਬੱਚੇ ਬਿਮਾਰ ਹੋਣ, ਤਾਂ ਚਾਹੁੰਦੇ ਵੀ ਤੁਹਾਡੇ ਮੇਰੇ ਬੱਚਿਆਂ ਨੂੰ ਤੱਤੀ ਵਾਹ ਨਾ ਲੱਗੇ, ਦੁੱਖ ਅਸੀਂ ਝੱਲ ਲਾਂਗੇ। ਤੇ ਇੱਥੇ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਸੋਸ਼ਲ ਮੀਡੀਆ ਤੇ ਵੀ ਬੜੇ ਲੋਕ ਵੀ ਸਾਰਿਆਂ ਨੂੰ ਪਤਾ ਸੀ ਉਹਨੇ ਜਾਣ ਬੁੱਝ ਕੇ ਐਵੇਂ ਕੀਤਾ। ਹਕੀਕਤ ਇਹ ਆ, ਡਾਕਟਰਾਂ ਨੂੰ ਵੀ ਨਹੀਂ ਸੀ ਪਤਾ ਵੀ ਉਹ ਬੰਦਾ ਕਰੋਨਾ ਪੋਜ਼ਿਟਿਵ ਆ। ਇਸ ਲਈ ਇਸ ਪੱਖ ਨੂੰ ਧਿਆਨ ਚ ਰੱਖੀਏ, ਇਹ ਨਾਕਾਮੀਆਂ ਨੇ ਜਿਹੜੀਆਂ ਜਿਨ੍ਹਾਂ ਦੀਆਂ ਉਹਨਾਂ ਨੂੰ ਟਾਰਗੇਟ ਕਰਨਾ ਚਾਹੀਦਾ। ਇੱਕ ਉਹ ਬੰਦਾ ਜਿਹੜਾ ਦੁਨੀਆਂ ਛੱਡ ਗਿਆ ਜਿਹਨੂੰ ਪਤਾ ਹੀ ਨਹੀਂ ਸੀਗਾ, ਹਾਲਾਂਕਿ ਹੋਰ ਬਿਮਾਰੀਆਂ ਤੋਂ ਵੀ ਪੀੜਿਤ ਸੀਗਾ ਇਹ। ਇਹ ਤਾਂ ਹਲੇ ਹੋਰ ਜਿਵੇਂ ਅੱਗੇ ਗੱਲ ਆਊਗੀ, ਗੱਲ ਕਲੀਅਰ ਹੋਊ ਸਾਹਮਣੇ ਕੀ ਕੁਝ ਚੱਲ ਰਿਹਾ। ਹਾਂ ਜਿਹੜੇ ਹਾਂ ਤੁਸੀਂ ਮਤਲਬ ਇੱਕ ਦੂਸਰੀ ਗੱਲ ਵੀ ਇੰਨਾ ਵੀ ਹੋਊਗਾ ਨਾ ਖੜਾ ਕਰੀਏ ਉਸ ਗੀਤ ਵਿੱਚ ਬੋਲਣੇ ਵਿੱਚ ਵੀ ਜੇ ਏਦਾਂ ਮੌਤ ਫੈਲ ਜਾਣੀਆਂ, ਸੰਸਕਾਰ ਨਹੀਂ ਹੋਣੇ, ਦੱਬਿਆਂ ਤੋਂ ਵੀ ਨਹੀਂ ਮੁੱਕਣੇ, ਇਵੇਂ ਨਾ ਅਸੀਂ ਡਰ ਪਾਈਏ। ਕਿਉਂਕਿ ਤੁਹਾਨੂੰ ਵੀਰੇ ਸੁਣਦੇ ਆ ਜਿਹੜੇ, ਉਹਨਾਂ ਦੇ ਮਨਾਂ ਤੇ ਕੀ ਅਸਰ ਪਊਗਾ? ਇਹਨਾਂ ਸਮੇਂ ਚ ਹੌਸਲਾ ਦੇਣਾ ਬਣਦਾ। ਅਸੀਂ ਲੋਕਾਂ ਨੂੰ ਕਹੀਏ ਭਾਈ ਮਨ ਮਜ਼ਬੂਤ ਰੱਖੋ, ਲੜਨ ਦਾ ਹੌਸਲਾ ਕਰੋ, ਡਰ ਕੇ ਨਹੀਂ ਕੰਮ ਚੱਲਣਾ, ਲੜਨਾ ਪੈਣਾ। ਜਦੋਂ ਸਭ ਕੋਈ ਦੁਸ਼ਮਣ ਆਉਂਦਾ, ਜੇ ਅਸੀਂ ਡਰ ਕੇ ਬਹਿ ਜਾਈਏ ਤਾਂ ਦੁਸ਼ਮਣ ਤਾਂ ਪਹਿਲਾਂ ਹੀ ਜਿੱਤ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ, ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਇਆ, ਮਨ ਨੂੰ ਮਜ਼ਬੂਤ ਰੱਖੀਏ। ਸੋ ਵੀਰ ਉਧਰ ਨੂੰ ਮਾੜਾ ਜਿਹਾ ਧਿਆਨ ਦੇਈਏ। ਜਿਵੇਂ ਅੱਜ ਵੀ ਤੁਸੀਂ ਵੇਖੋ ਭੁੱਖ ਨਾਲ ਲੋਕ ਮਿਲਕ ਰਹੇ ਆ, ਅੱਜ ਦਿੱਲੀ ਦੇ ਬਾਰਡਰ ਤੇ ਯੂਪੀ ਵਾਲੇ ਪਾਸੇ ਜਾਣ ਨੂੰ ਕਿੰਨੀਆਂ ਲਾਈਨਾਂ ਲੱਗੀਆਂ ਹੋਈਆਂ, ਹਾਲਾਂਕਿ ਲਾਕਡਾਊਨ ਕੀਤਾ ਹੋਇਆ ਪੂਰਾ ਭਾਰਤ, ਲੋਕ ਢਿੱਡ ਵਜਾ ਰਹੇ ਤੇ ਕੁਝ ਗਾਇਕ ਤੁਸੀਂ ਵੇਖਿਆ ਹੋਗਾ ਡਫਲੀਆਂ ਖੜਕਾ ਰਹੇ ਸੀ। ਸਿੱਧੂ ਮੂਸੇ ਵਾਲੇ ਵੀਰ ਨੂੰ ਬੇਨਤੀ ਵੀ ਉਧਰਲੇ ਪਾਸੇ ਵੀ ਧਿਆਨ ਦਿਓ, ਡਫਲੀਆਂ ਖੜਕਾ ਕੇ ਨਹੀਂ ਕਰੋਨਾ ਭੱਜਣਾ, ਥਾਲੀਆਂ ਖੜਕਾ ਕੇ ਨਹੀਂ। ਕਹਿੰਦੇ ਕਹਾਉਂਦੇ ਵੱਡੇ ਵੱਡੇ ਫਿਲਮੀ ਐਕਟਰ, ਕਹਿੰਦੇ ਕਹਾਉਂਦੇ ਇੱਥੇ ਮਤਲਬ ਪੰਜਾਬ ਦਾ ਜਿਹਨਾਂ ਨੂੰ ਮਾਣ ਕਹਿੰਦੇ, ਡਫਲੀਆਂ ਖੜਕਾਈ ਜਾਂਦੇ ਬਹੁਤੇ ਬੈਠੇ, ਡਫਲੀਆਂ ਖੜਕਾਉਣ ਦਾ ਟਾਈਮ ਨਹੀਂ ਹੈਗਾ। ਜਿਹੜੇ ਕਰਨ ਵਾਲੇ ਕੰਮ ਆ ਉਧਰਲੇ ਪਾਸੇ ਧਿਆਨ ਦਈਏ, ਲੋਕਾਂ ਨੂੰ ਹੌਸਲਾ ਦਈਏ, ਦੋਸ਼ ਨਾ ਦਈਏ ਜਿਹੜਾ ਦੁਨੀਆਂ ਛੱਡ ਕੇ ਉਹਦੇ ਸਿਰ ਤੇ ਭਾਂਡਾ ਭੰਨਿਆ ਜਾ ਰਿਹਾ। ਸੁਚੇਤ ਹੋਣ ਦੀ ਲੋੜ ਆ, ਐਨਆਰਆਈਆਂ ਨੂੰ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਐਨਆਰਆਈ ਵੀਰ ਤੜਫਦੇ ਨੇ ਪੰਜਾਬ ਲਈ, ਤਨ ਮਨ ਧਨ ਦੇ ਨਾਲ ਹਰ ਟਾਈਮ ਪੰਜਾਬ ਨਾਲ ਖੜਦੇ ਨੇ ਔਖੀ ਘੜੀ ਵੇਲੇ। ਉਹਨਾਂ ਵੀਰਾਂ ਦੇ ਬਾਰੇ ਇਵੇਂ ਦੀ ਇਮੇਜ ਨਾ ਅਸੀਂ ਬਣਾਈਏ, ਦਿਲੋਂ ਉਹ ਰਿਸਪੈਕਟ ਕਰਦੇ ਨੇ ਪੰਜਾਬ ਦੇ ਲਈ, ਹਰ ਸਮੇਂ ਉਹ ਖੜਦੇ ਨੇ। ਸੋ ਦਾਤਾ ਰਹਿਮਤ ਕਰੇ, ਆਪਾਂ ਸਾਰੇ ਰਲ ਮਿਲ ਕੇ ਇਸ ਸਮੇਂ ਜਿਹੜਾ ਬਿਪਤਾ ਦਾ ਸਮਾਂ ਚੱਲ ਰਿਹਾ, ਹੌਸਲਾ ਦੇਣ ਵਾਲੇ ਪਾਸੇ ਤੁਰੀਏ, ਇਹੋ ਜਿਹੀਆਂ ਨੈਗੇਟਿਵ ਗੱਲਾਂ ਨਾ ਫੈਲਾਈਏ। ਇਹ ਮੈਂ ਬੇਨਤੀ ਇਹ ਕਰ ਰਿਹਾ ਸੀ ਇਸ ਵੀਡੀਓ ਰਾਹੀਂ, ਦਾਤਾ ਰਹਿਮਤ ਕਰੇ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।